ਸਵਾਗਤ ਹੈ ਦੋਸਤੋ ਤੁਹਾਡਾ ਸਭ ਦਾ ਆਪਣੇ ਚੈਨਲ ਜੀਐਸ ਅਪਡੇਟਸ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਲੈ ਕੇ ਆ ਚੁੱਕੇ ਹਾਂ ਤੁਹਾਡੇ ਸਭ ਦੇ ਲਈ ਜਮਾਤ 12ਵੀਂ ਸਿਰਲ ਸਿੱਖਿਆ ਦਾ ਫੁੱਲੀ ਸੋਲਡ ਪੇਪਰ ਸੋ ਪੂਰੀ ਜਾਣਕਾਰੀ ਵਿਦ ਸੋਲੂਸ਼ਨ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟੀ ਬਟਨ ਨੂੰ ਜ਼ਰੂਰ ਪਾ ਲਵੋ ਕਿਉਂਕਿ ਇਸ ਚੈਨਲ ਉੱਪਰ ਤੁਹਾਨੂੰ ਇਸੇ ਤਰ੍ਹਾਂ ਸਾਰੇ ਐਗਜ਼ਾਮ ਦੀ ਤਿਆਰੀ ਕਰਵਾਈ ਜਾਵੇਗੀ ਸੋ ਬਿਨਾਂ ਬੇਸ ਨਾ ਕਰਦੇ ਹੋਏ ਚਲੋ ਪਾਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਮਾਤ 12ਵੀਂ ਸਰੀਰ ਸਿੱਖਿਆ ਸਮਾਂ 2 ਘੰਟੇ ਤੱਕ ਜਾਵੇਗਾ ਤੇ ਕੁੱਲ 50 ਅੰਕ ਦਾ ਤੁਹਾਨੂੰ ਇਹ ਪੇਪਰ ਆਵੇਗਾ। ਸੈਂਪਲ ਪੇਪਰ ਨੂੰ ਸਟਾਰਟ ਕਰਦੇ ਹਾਂ ਭਾਗ ੳ ਕੁੱਲ 20 ਅੰਕ ਦਾ ਪੁੱਛਿਆ ਜਾਵੇਗਾ। ਸਾਰੇ ਪ੍ਰਸ਼ਨ ਕਰਨੇ ਲਾਜ਼ਮੀ ਹਨ। ਪਹਿਲਾਂ ਵਸਤੂ ਪ੍ਰਸ਼ਨ ਪੁੱਛੇ ਜਾਣਗੇ। ਕੁਐਸਚਨ ਫਸਟ ਹੈ ਲਚਕ ਤੋਕ ਕੀ ਪਾਵ ਹੈ? ਉੱਤਰ ਲਚਕ ਗਤੀਸ਼ੀਲਤਾ ਦੀ ਉਹ ਦਰਜ ਜੋ ਕਿ ਜੋੜਾਂ ਤੇ ਸੰਭਵ ਹੁੰਦੀ ਹੈ। ਅਸੀਂ ਆਮ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਲਚਕ ਨੂੰ ਸੁਸਤ ਕਿਰਿਆਵਾਂ ਦੇ ਦੌਰਾਨ ਜੋੜਾਂ ਅਤੇ ਉਹਨਾਂ ਦੇ ਆਸ-ਪਾਸ ਦੀਆਂ ਮਾਸਪੇਸ਼ੀਆਂ ਦੀ ਗਤੀ ਦੀ ਦੂਰ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਸੋ ਇਸੇ ਪ੍ਰਸ਼ਨ ਪਹਿਲੇ ਦਾ ਉੱਤਰ, ਪ੍ਰਸ਼ਨ ਦੂਸਰਾ। ਅੰਤਰਾਸਿਕ ਸੈਕਸਾਈ ਵਿਧੀ ਦਾ ਕੋਈ ਇੱਕ ਲਾਭ ਲਿਖੋ। ਉੱਤਰ ਅੰਤਰਾਲ ਵਿਧੀ ਵਿੱਚ ਉਪਕਰਨਾਂ ਦੀ ਜ਼ਰੂਰਤ ਘੱਟ ਹੁੰਦੀ ਹੈ ਜਿਸ ਕਰਕੇ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਸਰੀਰ ਸਿੱਖਿਆ ਦੇ ਕੋਈ ਦੋ ਉਦੇਸ਼ ਲਿਖੋ ਸੋ ਉੱਤਰ ਆਵੇਗਾ ਪਹਿਲਾ ਹੈ ਸਰੀਰਕ ਵਿਕਾਸ ਅਤੇ ਦੂਸਰਾ ਹੈ ਮਾਨਸਿਕ ਵਿਕਾਸ ਹੈ ਪ੍ਰਸ਼ਨ ਚੌਥਾ ਦਰੋਣਾਚਾਰਿਆ ਅਵਾਰਡ ਕਿਸ ਨੂੰ ਦਿੱਤਾ ਜਾਂਦਾ ਹੈ ਉੱਤਰ ਆਵੇਗਾ ਇਹ ਅਵਾਰਡ ਕੋਚਾਂ ਨੂੰ ਦਿੱਤਾ ਜਾਂਦਾ ਹੈ ਪੰਜਵਾਂ ਖੇਡ ਸਿਖਲਾਈ ਦਾ ਅਰਥ ਲਿਖੋ ਉੱਤਰ ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇੱਕ ਸੰਗਠਿਤ ਅਤੇ ਵਿਵਸਥਿਤ ਅੱਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ ਮਾਨਸਿਕ ਅਤੇ ਬੋਧਿਕ ਕਾਰਜ ਕੁਸ਼ਲਤਾ ਵਿੱਚ ਸੁਧਾਰ ਲਿਆਉਣਾ ਹੈ ਸੋ ਇਸੀ ਬਸਟਿੰਸ ਪ੍ਰਸ਼ਨ ਇਸ ਤੋਂ ਬਾਅਦ ਆਪਣੇ ਕੋਲ ਖਾਲੀ ਥਾਵਾਂ ਪਰੋ ਨਾਲ ਸੰਬੰਧਿਤ ਪ੍ਰਸ਼ਨ ਪ੍ਰਸ਼ਨ 6 ਲਗਾਤਾਰ ਸਿਖਲਾਈ ਨਾਲ ਕੀ ਡੈਸ਼ ਵਿਕਸਿਤ ਹੁੰਦਾ ਹੈ ਉੱਤਰ ਆਵੇਗਾ ਤਾਕਤ ਅਤੇ ਸਹਿਣਸ਼ੀਲਤਾ ਸਤਵਾਂ ਪ੍ਰਸ਼ਨ ਡੈਸ਼ ਖੇਡ ਨੂੰ ਸਭ ਖੇਡਾਂ ਦੀ ਮਾਦਰੂਪ ਵਿੱਚ ਜਾਣਿਆ ਜਾਂਦਾ ਹੈ ਉੱਤਰ ਆਵੇਗਾ ਜਿਮਨਾਸਟਿਕ ਤਾਕਤ ਡੈਸ਼ ਪ੍ਰਕਾਰ ਦੀ ਹੁੰਦੀ ਹੈ ਉੱਤਰ ਤਾਕਤ ਦੋ ਪ੍ਰਕਾਰ ਦੀ ਹੁੰਦੀ ਹੈ ਨੌਵਾਂ ਪ੍ਰਸ਼ਨ ਅਸਮਰਥਾ ਡੈਸ਼ ਪ੍ਰਕਾਰ ਦੀ ਹੁੰਦੀ ਹੈ ਉੱਤਰ ਅਸਮਰਥਾ ਦੋ ਪ੍ਰਕਾਰ ਦੀ ਹੁੰਦੀ ਹੈ ਉਹ ਨੇ ਬਣਤਰ ਅਸਮਰਥਾ ਤੇ ਦੂਸਰੀ ਹੈ ਰਾਜ ਤੁਮਿਕ ਅਸਮਰਥਾ ਉਸ ਤੋਂ ਬਾਅਦ 10ਵਾਂ ਪ੍ਰਸ਼ਨ ਸ੍ਰੇ ਸਿੱਖਿਆ ਦੀ ਭਾਰਤ ਵਿੱਚ ਹੋੰਦ ਡੈਸ਼ ਵਿੱਚ ਹੋਈ ਉੱਤਰ ਆਵੇਗਾ 1920 ਦੇ ਵਿੱਚ ਸੋ ਅਸੀਂ ਖਾਲੀ ਥਾਂਵਾਂ ਪਰ ਉਹ ਨਾਲ ਸੰਬੰਧਿਤ ਪ੍ਰਸ਼ਨ ਉਸ ਤੋਂ ਬਾਅਦ ਹੈ ਸਹੀ ਗਲਤ ਨਾਲ ਸੰਬੰਧਿਤ ਪ੍ਰਸ਼ਨ ਪ੍ਰਸ਼ਨ 11ਵਾਂ ਲਚਕ ਤਿੰਨ ਪ੍ਰਕਾਰ ਦੀ ਹੁੰਦੀ ਹੈ ਉੱਤਰ ਆਵੇਗਾ ਗਲਤ ਨੈਕਸਟ ਸਰੀਰ ਨੂੰ ਕਸਰਤ ਨਾਲ ਆਰਾਮ ਵਾਲੀ ਹਾਲਤ ਵਿੱਚ ਵਾਪਸ ਲਿਆਇਆ ਜਾ ਸਕਦਾ ਹੈ ਉੱਤਰ ਆਵੇਗਾ ਸਹੀ ਮੋਚ ਹੱਡੀਆਂ ਅਤੇ ਜੋੜਾਂ ਵਜੋਂ ਜਾਣੀ ਜਾਂਦੀ ਹੈ ਉੱਤਰ ਆਵੇਗਾ ਸਹੀ ਕਿਚਾਅ ਉਹ ਮਾਸਪੇਸ਼ੀਆਂ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵੱਲੋਂ ਵੀ ਜਾਣੀ ਜਾਂਦੀ ਹੈ ਉੱਤਰ ਆਵੇਗਾ ਸਹੀ 17ਮ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀਆਂ 400 ਤੋਂ ਵੱਧ ਸਖਾਵਾਂ ਹਨ ਉੱਤਰ ਆਵੇਗਾ ਸਹੀ ਸੋ ਇਸੇ ਸਹੀ ਗੱਲ ਨਾਲ ਸੰਬੰਧਿਤ ਪ੍ਰਸ਼ਨ ਫਿਰ ਹੈ ਬਹੁ ਵਿਕਲਪੀ ਪ੍ਰਸ਼ਨ ਸੋ 18ਵਾਂ ਕੁਐਸਚਨ ਹੈ ਸਿਰਿਕ ਯੋਗਤਾ ਦਾ ਅੰਗ ਕਿਹੜੇ-ਕਿਹੜੇ ਹਨ ਤਾਕਤ ਰਫਤਾਰ ਸਹਿਨਸ਼ੀਲਤਾ ਜਾਂ ਫਿਰ ਉਪਰੋਕਤ ਸਾਰੇ ਉੱਤਰ ਆਵੇਗਾ ਆਪਸ਼ਨ ਸ ਉਪਰੋਕਤ ਸਾਰੇ ਨੈਕਸਟ ਕੁਐਸਚਨ ਹੈ ਮੋਚ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ 4 2 3 ਜਾਂ 7 ਉੱਤਰ ਆਵੇਗਾ ਆਪਸ਼ਨ ਈਡੀ 3 ਨੈਕਸਟ ਹੈ ਗੁੰਜਲਦਾਰ ਟੁੱਟ ਕੀ ਹੈ ਖੂਨ ਦਾ ਰੁਕ ਜਾਣਾ ਚਮੜੀ ਦੀ ਉਪਰਲੀ ਪਰਤ ਦਾ ਛਿੱਲਿਆ ਜਾਣਾ ਹੱਡੀ ਦਾ ਕਈ ਸਥਾਨਾਂ ਤੋਂ ਟੁੱਟ ਜਾਣਾ ਜਾਂ ਫਿਰ ਵਿਅਕਤੀ ਧੁਰ ਨਹੀਂ ਸਕਦਾ ਉੱਤਰ ਆਵੇਗਾ ਆਪਸ਼ਨ ਈਡੀ ਹੱਡੀ ਦਾ ਕਈ ਸਥਾਨਾਂ ਤੋਂ ਟੁੱਟ ਜਾਣਾ ਫਿਰ ਹੈ ਪਾਰਸ ਦੇ ਸਕੂਲ ਵਿੱਚ ਸਿਰ ਸਿੱਖਿਆ ਨੂੰ ਇੱਕ ਵਿਸ਼ੇ ਦੇ ਤੌਰ ਤੇ ਕਿਸ ਨੇ ਸ਼ੁਰੂ ਕੀਤਾ ਮਾਰਟਿਨ ਮੈਥਿਊ ਹੈਰੀ ਕਰੋਬਕ ਜਾਂ ਫਿਰ ਕੋਈ ਵੀ ਨਹੀਂ ਉੱਤਰ ਆਵੇਗਾ ਆਪਸ਼ਨ ਈਡੀ ਹੈਰੀ ਕਰੋਬਕ ਇਸ ਤੋਂ ਬਾਅਦ ਤਾਨਮਿਕ ਸੰਸਥਾ ਦਾ ਕੀ ਮਹੱਤਵ ਹੈ ਧੋਖਾ ਦੇਣਾ ਸੱਚ ਬੋਲਣਾ ਭੇਦ ਭਾਫ ਕਰਨਾ ਜਾਂ ਫਿਰ ਝੂਠ ਬੋਲਣਾ ਉੱਤਰ ਆਵੇਗਾ অপਸ਼ਨ ਆੜਾ ਸੱਚ ਬੋਲਣਾ ਸੋ ਇੱਥੇ ਆਪਣਾ ਪਾਗ ਊੜਾ ਕੰਪਲੀਟ ਹੁੰਦਾ ਹੈ ਇਸ ਤੋਂ ਬਾਅਦ ਆਪਣੇ ਕੋਲ ਪਾਗ ਆੜਾ ਜੋ ਕਿ ਕੁੱਲ 10 ਸੰਗ ਦਾ ਤੁਹਾਨੂੰ ਪੁੱਛਿਆ ਜਾਵੇਗਾ ਇਸ ਦੇ ਵਿੱਚ ਤੁਹਾਨੂੰ 5 ਪ੍ਰਸ਼ਨ ਪੁੱਛੇ ਜਾਣਗੇ ਜੋ ਕਿ ਹਰੇਕ ਪ੍ਰਸ਼ਨ 2 ਦੋ ਅੰਕ ਦਾ ਹੋਵੇਗਾ ਸੋ ਕੁੱਲ 10 ਸੰਗ ਦਾ ਪਾਗ ਆੜਾ ਹੈ ਕੁਸ਼ਨ ਹੈ ਗਰਮਾਉਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਉੱਤਰ ਆਵੇਗਾ ਗਰਮਾਉਣ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਉਹ ਨੇ ਸਰੀਰਿਕ ਗਰਮਾਉਣਾ ਤੇ ਦੂਸਰਾ ਹੈ ਮਾਨਸਿਕ ਗਰਮਾਉਣਾ ਨੈਕਸਟ ਕੁਐਸਚਨ ਅੰਤਰਾਲ ਸਿਖਲਾਈ ਵਿਧੀ ਕੀ ਹੈ ਉੱਤਰ ਆਵੇਗਾ ਅੰਤਰਾਲ ਵਿਧੀ ਸਪ੍ਰਿੰਟ ਅਤੇ ਹੋਰ ਖਿਡਾਰੀਆਂ ਦੇ ਸਟੈਮੀਨਾ ਅਤੇ ਯੋਗਤਾਵਾਂ ਨੂੰ ਵਧਾਉਣ ਲਈ ਬਹੁਤ ਲਾਭਦਾਇਕ ਹੁੰਦੀ ਹੈ ਅੰਤਰਾਲ ਵਿੱਚ ਦੂਰੀ ਸਪੀਡ ਟਾਈਮ ਅਤੇ ਆਰਾਮ ਨੂੰ ਮਹੱਤਵ ਦਿੱਤਾ ਦਿੰਦਾ ਹੈ ਇਹ ਸਹਿਨਸ਼ੀਲਤਾ ਤਾਕਤ ਅਤੇ ਦਿਲ ਦੀ ਲਈ ਸਹੀ ਕੂਨ ਸੰਚਾਲਨ ਨੂੰ ਵਿਕਸਿਤ ਕਰਦੀ ਹੈ ਅੰਤਰਾੜ ਵਿਧੀ ਵਿੱਚ ਖਿਡਾਰੀ ਇਕਦਮ ਗਤੀ ਨਾਲ ਨਿਸ਼ਚਿਤ ਦੂਰੀ ਤੱਕ ਦੌੜਦਾ ਹੈ ਅਤੇ ਫਿਰ ਇਕ ਚੌਥਾਈ ਜੋਗਿੰਗ ਕਰਦਾ ਹੈ ਤੇ ਤਾਂ ਕਿ ਤਾਕਤ ਵਾਪਸ ਹਾਸਲ ਕਰ ਸਕੇ ਸੋ ਇਹ ਸੀ ਪ੍ਰਸ਼ਨ ਦੂਸਰੇ ਦਾ ਉੱਤਰ ਉਸ ਤੋਂ ਬਾਅਦ ਹੈ ਪ੍ਰਸ਼ਨ ਤੀਸਰਾ ਐਲ ਐਨ ਆਈ ਪੀਈ ਤੇ ਨੋਟ ਨਿਕੋ ਉੱਤਰ ਸਾਲ 1957 ਵਿੱਚ ਲక్ష్ਮੀਬਾਈ ਨੈਸ਼ਨਲ ਕਾਲਜ ਦੀ ਸਥਾਪਨਾ ਕੀਤੀ ਗਈ ਸੀ ਇਹ ਗਵਾਲੀਅਰ ਵਿਖੇ ਸਥਿਤ ਹੈ ਅਤੇ ਇਹ ਸਰੀਰਕ ਸਿੱਖਿਆ ਦੇ ਅਧਿਆਪਕਾਂ ਅਤੇ ਸਰੀਰਕ ਸਿੱਖਿਆ ਨੂੰ ਦੇਸ਼ ਵਿੱਚ ਬढ़ावा ਦੇ ਰਿਹਾ ਹੈ ਪ੍ਰਸ਼ਨ ਚੌਥਾ ਕਿਹੜ ਵਿੱਚ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਉੱਤਰ ਆਵੇਗਾ ਖੇਡ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ ਇਹ ਉਹ ਸਾਧਨ ਹੈ ਜਿਸ ਦੁਆਰਾ ਖਿਡਾਰੀ ਸਰੀਰਕ ਮਾਨਸਿਕ ਤਕਨੀਕੀ ਬੋਧਿਕ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਨ ਦਾ ਹੈ। ਪ੍ਰਸ਼ਨ ਪੰਜਵਾਂ ਅਸਮਰਥਾ ਦਾ ਕੀ ਅਰਥ ਹੈ? ਉੱਤਰ ਆਵੇਗਾ। ਅਸਮਰਥਾ ਦਾ ਅਰਥ ਹੈ ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ। ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਅਸਮਰਥਾ ਘਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਾ ਕਿਹਾ ਜਾਂਦਾ ਹੈ। ਸੋ ਇਥੇ ਆਪਣਾ ਭਾਗ ਅੜਾ ਕੰਪਲੀਟ ਹੁੰਦਾ ਹੈ ਜੋ ਕਿ ਕੁੱਲ 10 ਅੰਕ ਦਾ ਪੁੱਛਿਆ ਜਾਵੇਗਾ ਇਸ ਤੋਂ ਬਾਅਦ ਆਪਣੇ ਕੋਲ ਭਾਗ ਈਡੀ ਜੋ ਕਿ 15 ਅੰਕ ਦਾ ਪੁੱਛਿਆ ਜਾਵੇਗਾ ਇਸ ਦੇ ਵਿੱਚ ਪੰਜ ਪ੍ਰਸ਼ਨ ਪੁੱਛੇ ਜਾਣਗੇ ਜੋ ਕਿ ਹਰੇਕ ਪ੍ਰਸ਼ਨ 3-3 ਅੰਕ ਦਾ ਹੋਵੇਗਾ ਸੋ ਕੁੱਲ 15 ਅੰਕ ਦਾ ਤੁਹਾਨੂੰ ਭਾਗ ਈਡੀ ਪੁੱਛਿਆ ਜਾਵੇਗਾ ਕੁਐਸਚਨ ਹੈ ਅੰਤਰਾਲ ਵਿਧੀ ਦਾ ਉਦੇਸ਼ ਹੈ ਉੱਤਰ ਇਹ ਐਰੋਬਿਕ ਪ੍ਰਦਰਸ਼ਨ ਵਿੱਚ ਸੁਧਾਰ ਕਰਦਾ ਹੈ ਸਰੀਰ ਨੂੰ ਤੇਜ਼ ਗਤੀ ਵਿੱਚ ਢਾਲਣਾ ਜਿਸ ਵਿੱਚ ਅਭਿਆਸ ਨਾਲ ਵਦੇ ਐਲੈਕਟ੍ਰਿਕ ਐਸਿਡ ਤੇ ਕਾਬੂ ਪਾਉਣਾ ਹੈ ਲਗਾਤਾਰ ਦੌੜਦੇ ਹੋਏ ਘਟ ਸ਼ਰੀਰ ਤਣਾਵ ਵਿੱਚ ਸਾਰੇ ਕੰਮ ਨੂੰ ਪੂਰਾ ਕਰਨਾ ਸੋ ਇਹ ਨੇ ਅੰਤਰਾਲ ਵਿਧੀ ਦੇ ਤਿੰਨ ਉਦੇਸ਼ ਉਸ ਤੋਂ ਬਾਅਦ ਹੈ ਮਹਾਰਾਜਾ ਰਣਜੀਤ ਸਿੰਘ ਅਵਾਰਡ ਬਾਰੇ ਲਿਖੋ ਉੱਤਰ ਮਹਾਰਾਜਾ ਰਣਜੀਤ ਸਿੰਘ ਅਵਾਰਡ ਪੰਜਾਬ ਸਰਕਾਰ ਦੁਆਰਾ ਸਿੱਖ ਰਾਜ ਦੇ ਆਗੂ ਦੇ ਨਾਂ ਤੇ 1978 ਵਿੱਚ ਸਥਾਪਿਤ ਕੀਤਾ ਸੀ ਇਸ ਅਵਾਰਡ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੀਟੇ 5 ਲੱਖ ਰੁਪਏ ਦੀ ਨਗਦ ਰਕਮ 2018 ਪਾਲਿਸੀ ਦੇ ਅਨੁਸਾਰ ਰਕਮ ਵਧਾ ਦਿੱਤੀ ਜਾਂਦੀ ਹੈ 2017 ਤੱਕ ਇਹ ਰਾਸ਼ੀ 1 ਲੱਖ ਰੁਪਏ ਸੀ ਇਸ ਤੋਂ ਬਾਅਦ ਇਹ ਪੁਰਸਕਾਰ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੋਵੇ ਪਰਗਤ ਸਿੰਘ ਪਹਿਲਾ ਵਿਅਕਤੀ ਸਨ ਜਿਨ੍ਹਾਂ ਨੇ ਇਹ ਅਵਾਰਡ ਪ੍ਰਾਪਤ ਕੀਤਾ ਇਹ ਅਵਾਰਡ 1996 ਤੋਂ 2005 ਤੱਕ ਮੁਅਤਲ ਕਰ ਦਿੱਤਾ ਗਿਆ ਸੀ ਅਤੇ 2006 ਵਿੱਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ ਸੋ ਇਸੀ ਕੰਪਲੀਟ ਆਨਸਰ ਇਸ ਤੋਂ ਬਾਅਦ ਹੈ ਖੇਡ ਸਿਖਲਾਈ ਦੇ ਸਿਧਾਂਤ ਤੋਂ ਕੀ ਭਾਵ ਹੈ ਉੱਤਰ ਆਵੇਗਾ ਇਸ ਸਿਧਾਂਤ ਤੋਂ ਇਹ ਪਤਾ ਚੱਲਦਾ ਹੈ ਕਿ ਭਾਰੀ ਤੇ ਸਖਤ ਅਭਿਆਸ ਤੋਂ ਬਾਅਦ ਆਰਾਮ ਅਤੇ रिकवरी करनी जरूरी है ताकि व्यक्ति वादुपार दे अभ्यास ਤੋਂ ਪਹਿਲਾਂ ਤਰੋ-ਤਾਜ਼ਾ ਮਹਿਸੂਸ ਕਰੇ ਇਸ ਤੋਂ ਇਲਾਵਾ ਵਿਅਕਤੀ ਨੂੰ ਆਰਾਮ ਅਤੇ ਲੋਡ ਤੋਂ ਇਲਾਵਾ ਚੰਗੀ ਨੀਂਦ ਅਤੇ ਖੁਰਾਕ ਵੀ ਲੈਣੀ ਜ਼ਰੂਰੀ ਹੈ ਨੈਕਸਟ ਕੁਐਸਚਨ ਹੈ ਮੁੜਵਸੇਵਾ ਤੋਂ ਕੀ ਭਾਵ ਹੈ ਉੱਤਰ ਪੁਨਰਵਿਵਸਥਾ ਦਾ ਅਰਥ ਅਤੇ ਪਰਿਭਾਸ਼ਾ ਸ਼ਬਦ ਰੀਹੈਬਿਲੀਟੇਸ਼ਨ ਸ਼ਬਦ ਹੈਬਿਲੀਟਾ ਤੋ ਲਿਆ ਗਿਆ ਹੈ ਜਿਸ ਦਾ ਅਰਥ ਹੈ ਸਮਰਥਾ ਇਸ ਲਈ ਪੁਨਰ ਵਿਵਸਥਾਪਨ ਦਾ ਅਰਥ ਹੈ ਮੁੜ ਕਬਜ਼ਾ ਦੂਜੇ ਸ਼ਬਦਾਂ ਵਿੱਚ ਪੁਨਰ ਵਿਸਥਾਪਨ ਦਾ ਅਰਥ ਹੈ ਪਹਿਲੀ ਤੰਦਰੁਸਤੀ ਪ੍ਰਾਪਤ ਕਰਨ ਜਾਂ ਰਾਜੀ ਹੋਣਾ ਅਤੇ ਟਿਕ ਜਾਣਾ WHO ਦੇ ਅਨੁਸਾਰ ਪੁਨਰ ਵਿਸਥਾਪਨ ਅਸਮਰਥ ਵਿਅਕਤੀ ਵਿੱਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਹਿਤ ਉਸ ਦੀ ਬੁੰਨਰ ਸਿਕਲਾਈ ਲਈ ਡਾਕਟਰੀ ਸਮਾਜਿਕ ਵਿਦਿਅਕ ਅਤੇ ਕਿਤਾਕਾਰੀ ਢੰਗਾਂ ਦੀ ਸਮੂਚੀ ਅਤੇ ਸੰਯੁਕਤ ਵਰਤੋ ਹੈ ਉਦਾਹਰਣ ਵਜੋਂ ਇੱਕ ਵਿਅਕਤੀ ਕਿਸੇ ਸੱਟ ਨਾਲ ਅ ਸਰੀਰਕ ਤੰਦਰੁਸਤੀ ਗਵਾ ਬੈਠਦਾ ਹੈ ਉਸਦੇ ਤੰਦਰੁਸਤੀ ਨੂੰ ਵਾਪਸ ਲਿਆਉਣ ਲਈ ਕਿਤੇ ਕੰਮ ਪੁਨਰ ਵਿਸਥਾਪਨ ਅਖਵਾਉਂਦਾ ਹੈ ਪੁਰਾਣੇ ਸਮਿਆਂ ਵਿੱਚ ਅ ਅਸਮਰਥ ਵਿਅਕਤੀ ਨੂੰ ਸਮਾਜ ਵੱਲੋਂ ਅਣਗੋਲਿਆ ਕਰ ਦਿੱਤਾ ਜਾਂਦਾ ਸੀ ਪਰੰਤੂ ਅੱਜਕੱਲ੍ਹ ਅਸਮਰਥ ਨੂੰ ਸਮਾਜਿਕ ਸਬੰਧਾ ਵਿੱਚ ਵਾਪਸ ਲਿਆਉਣ ਲਈ ਕੀਤੇ ਕੰਮਾਂ ਨੂੰ ਪੁਨਰਵਸਥਾਪਨ ਕਿਹਾ ਜਾਂਦਾ ਹੈ। ਅਪਾਜਾਂ ਨੂੰ ਕਿੱਤਾ ਕਰੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਿੱਖਿਆ ਨੂੰ ਕਿੱਤਾ ਕਰੀ ਸਿਖਲਾਈ ਵੋਕੇਸ਼ਨਲ ਟ੍ਰੇਨਿੰਗ ਵੀ ਕਿਹਾ ਜਾਂਦਾ ਹੈ। ਸੋ ਐਸੀ ਕੰਪਲੀਟ ਆਨਸਰ। ਇਸ ਤੋਂ ਬਾਅਦ ਹੈ ਨੈਕਸਟ ਕੁਐਸਚਨ ਮਾਨਸਿਕ ਅਤੇ ਸਰੀਰਕ ਤਣਾਅ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ? ਉੱਤਰ ਹੇਠ ਦਿੱਤੇ ਅਨੁਸਾਰ ਮਾਨਸਿਕ ਅਤੇ ਸਰੀਰਕ ਤਣਾਅ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਹਿਲਾ ਹੈ ਕਿਆਨ ਅਤੇ ਲੰਬੇ ਸਾ ਲੈ ਕੇ ਦੂਸਰਾ ਵੇ ਵਿਕਾਸ ਆਤਮਕ ਗਤੀਵਿਧੀਆਂ ਵਿੱਚ ਆਪਣੇ ਆਪ ਨੂੰ ਲਗਾ ਕੇ ਤਣਾਅ ਦੇ ਕਾਰਨਾਂ ਦਾ ਪਤਾ ਲਗਾ ਕੇ ਸਵੈ ਮੁਲਾਂਕਣ ਕਰਕੇ ਸਮੂਹ ਵਿੱਚ ਗੱਲਾਂ ਬਾਤਾਂ ਕਰਕੇ ਤਣਾਅ ਤੋਂ ਦੂਰ ਕਰਨਾ ਖੇਡਾਂ ਤੇ ਮਨੋਰੰਜਕ ਗਤੀਵਿਧੀਆਂ ਵਿੱਚ ਭਾਗ ਲੈ ਕੇ ਸੋ ਐਸੀ ਕੰਪਲੀਟ ਆਨਸਰ ਇਸ ਤੋਂ ਬਾਅਦ ਆਪਣੇ ਗੋਲ ਪਾਕ ਸਸਾ ਜੋਗੀ ਕੁੱਲ ਪੰਜ ਅੰਗ ਦਾ ਪੁੱਛਿਆ ਜਾਵੇਗਾ ਕਵਸਚਨ ਹੈ ਸਿਰਗ ਯੋਗਤਾ ਦੀ ਮਹੱਤਤਾ ਬਾਰੇ ਤੁਸੀਂ ਕੀ ਜਾਣਦੇ ਹੋ ਵਿਸਤਾਰਪੂਰਵਕ ਲਿਖੋ ਲੰਬਾ ਜਿਹੇ ਟਾਈਪ ਕਵਸਚਨ ਹੈ ਜੋ ਕਿ 5 ਅੰਕ ਦਾ ਪੁੱਛਿਆ ਜਾਵੇਗਾ ਉਤਰ ਉਹ ਵਿਅਕਤੀ ਜੋ ਸਿਰਗ ਤੌਰ ਤੇ ਤੰਦਰੁਸਤ ਹਨ ਉਹ ਆਪਣੇ ਜੀਵਨ ਦਾ ਆਨੰਦ ਪੂਰੀ ਤਰ੍ਹਾਂ ਨਾਲ ਉਠਾਉਣ ਦੇ ਯੋਗ ਹਨ ਅੱਜ ਦੇ ਤਕਨੀਕੀ ਵਿਕਾਸ ਦੇ ਯੁੱਗ ਵਿੱਚ ਲੋਕਾਂ ਕੋਲੋਂ ਮੁਸ਼ਕਿਲ ਨਾਲ ਹੀ ਆਪਣੀ ਸਰੀਰਕ ਤੰਦਰੁਸਤੀ ਨਾਲ ਲਈ ਸਮਾਂ ਹੁੰਦਾ ਹੈ ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਸਰੀਰਕ ਤੰਦਰੁਸਤ ਹੋਣਾ ਇੰਨਾ ਮਹੱਤਵਪੂਰਨ ਕਿਉਂ ਹੈ ਸੋ ਇਹਨਾਂ ਸਵਾਲਾਂ ਦੇ ਜਵਾਬ ਹੇਠ ਦਿੱਤੇ ਅਨੁਸਾਰ ਹਨ ਸੋ ਇਸ ਤੋਂ ਬਾਅਦ ਤੁਸੀਂ ਸਾਰਾ ਆਨਸਰ ਨੋਟ ਕਰ ਸਕਦੇ ਹੋ ਮੈਂ ਤੁਹਾਨੂੰ ਸਾਰੇ ਪੁਆਇੰਟਸ ਦੱਸ ਰਿਹਾ ਇਸੇ ਤਰ੍ਹਾਂ ਤੁਸੀਂ ਐਗਜ਼ਾਮ ਦੇ ਵਿੱਚ ਪੁਆਇੰਟਸ ਬਣਾ ਕੇ ਆਨਸਰ ਲਿਖਣਾ ਹੋਵੇਗਾ ਤਾਂ ਹੀ ਤੁਹਾਨੂੰ ਪੂਰੇ ਅੰਕ ਦਿੱਤੇ ਜਾਣਗੇ ਜਿਵੇਂ ਕਿ ਫਸਟ ਪੁਆਇੰਟ ਹੈ ਸੰਪੂਰਨ ਸਿਹਤ ਦਾ ਸੁਧਾਰ ਇੰਪਰੂਵਜ਼ ਓਵਰਆਲ ਹੈਲਥ ਦੂਸਰਾ ਭਾਰ ਪ੍ਰਬੰਧਨ weight management ਤੀਸਰਾ ਨਾਫ ਪ੍ਰਬੰਧ ਵਿੱਚ ਮਹੱਤਵਪੂਰਨ ਇੰਪੋਰਟੈਂਸ ਐਜ਼ ਅ ਸਟ्रेस ਮੈਨੇਜਮੈਂਟ ਚੌਥਾ ਸੱਟਾਂ ਦੀ ਸੰਭਾਵਨਾ ਨੂੰ ਘਟਾਉਣਾ ਰਿਡਿਊਸਸ ਰਿਸਕ ਆਫ ਇੰਜਰੀਜ਼ ਪੰਜਵਾਂ ਜੀਵਨ ਦੀ ਸੰਭਾਵਨਾ ਵਿੱਚ ਵਾਧਾ ਇਨਕਰੀਸ ਲਾਈਫ ਐਕਸਪੈਕਟੈਂਸੀ ਸਹੀ ਵਾਧਾ ਤੇ ਵਿਕਾਸ ਪ੍ਰੋਪਰ ਗਰੋਥ ਐਂਡ ਡਿਵੈਲਪਮੈਂਟ ਸੱਤਵਾਂ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਇੰਪਰੂਵਸ ਵਰਕ ਐਫੀਸ਼ੀਐਂਸੀ ਤੋ ਇਸੀ ਕੰਪਲੀਟ ਆਨਸਰ ਇਸ ਪ੍ਰਸ਼ਨ ਵਿੱਚ ਤੁਹਾਨੂੰ ਚੋਆਇਸ ਦਿੱਤੀ ਗਈ ਹੈ ਜਾਂ ਫਿਰ ਅਸਮਰਥਾ ਸ਼ਬਦ ਦੀ ਪਰਿਭਾਸ਼ਾ ਦਿਓ ਅਤੇ ਅਪਾਹਜ ਪੁਣੇ ਦੇ ਵੱਖ-ਵੱਖ ਪ੍ਰਭਾਵੀ ਉਪਾਅਾਂ ਬਾਰੇ ਚਰਚਾ ਕਰੋ ਸੋ ਉੱਤਰ ਪਹਿਲਾ ਹੈ ਅਸਮਰਥਾ ਸ਼ਬਦ ਦੀ ਪਰਿਭਾਸ਼ਾ ਇਸ ਤੋਂ ਬਾਅਦ ਹੈ ਅਸਮਰਥਾ ਦੇ ਵੱਖ-ਵੱਖ ਪ੍ਰਭਾਵੀ ਉਪਾਅ ਸੋ ਹੁਣ ਮੈਂ ਤੁਹਾਨੂੰ ਸਾਰਾ ਆਨਸਰ ਸਕ੍ਰੋਲ ਕਰਕੇ ਦਿਹਾ ਦੇਣਾ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਫਸਟ ਪੁਆਇੰਟ ਹੈ ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ ਦੂਸਰਾ ਕਰਮਚਾਰੀਆਂ ਦੀ ਸਮੇਂ-ਸਮੇਂ ਤੇ ਜਾਂਚ ਹੋਣਾ ਤੀਸਰਾ ਕੰਮ ਕਰਨ ਦੇ ਸਥਾਨ ਤੇ ਰੱਖ-ਰਖਾਓ ਤੇ ਨੈਕਸਟ ਹਵਾ ਪ੍ਰਦੂਸ਼ਣ ਤੇ ਰੋਕ ਤੇ ਅੜਾ ਨਮੀ ਵਧਾ ਕੇ ਤੂੜ ਨੂੰ ਨਮੀ ਨਾਲ ਘਟਾਇਆ ਜਾ ਸਕਦਾ ਹੈ ਸੋ ਏਸੀ ਕੰਪਲੀਟ ਫੁਲੀ ਸੋਲਡ ਸੈਂਪਲ ਪੇਪਰ ਤੁਹਾਡੇ ਸਭ ਦੇ ਲਈ ਜਮਾਤ 12ਵੀਂ ਸਰੇ ਸਿੱਖਿਆ ਦਾ ਸੋ ਉਮੀਦ ਹੈ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ ਤੇ ਜੇਕਰ ਤੁਹਾਨੂੰ ਈਜ਼ੀ ਪਾਰਟ 2 ਵੀਡੀਓ ਵੀ ਚਾਹੀਦੀ ਹੈ ਇੱਕ ਹੋਰ ਨਵਾਂ ਸੈਂਪਲ ਪੇਪਰ ਚਾਹੀਦਾ ਹੈ ਫੁਲੀ ਸੋਲਡ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਸੋ ਉਮੀਦ ਹੈ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ ਇਸੇ ਤਰ੍ਹਾਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਮਿਲਦੇ ਹਾਂ ਨੈਕਸਟ ਵੀਡੀਓ ਤੱਕ ਲਈ ਬਾਏ ਬਾਏ ਟਾਟਾ ਧੰਨਵਾਦ